ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਤ ਨਵੇਂ ਦਿਨ ਨਵਾਂ ਐਲਾਨ ਕਰਕੇ ਅਤੇ ਆਪਣੀ ਪਾਰਟੀ ਦੀ ਪਿੱਠ थपੜੀ ਜਾ ਰਹੀ ਹੈ ਕਿ ਅਸੀਂ ਇਤਿਹਾਸਿਕ ਫੈਸਲੇ ਲੈ ਰਹੇ ਹਾਂ ਉਧਰ ਦੂਜੇ ਪਾਸੇ ਆਏ ਦਿਨ ਹੀ ਕੋਈ ਨਾ ਕੋਈ ਨਵਾਂ ਖੁਲਾਸਾ ਮਾਨ ਸਰਕਾਰ ਦੇ ਬਾਰੇ ਹੋ ਜਾਂਦਾ ਏ ਜਿਸ ਬਾਰੇ ਜਾਣ ਕੇ ਪੰਜਾਬ ਦੇ ਲੋਕ ਹੈਰਾਨ ਰਹਿ ਜਾਂਦੇ ਨੇ ਹੁਣ ਮਾਨਕ ਗੋਇਲ ਨਾਮਕ ਇੱਕ ਆਰਟੀਆਈ ਐਕਟਿਵਿਸਟ ਦੇ ਵੱਲੋਂ ਆਰਟੀਆਈ ਦੇ ਰਾਹੀਂ ਜਾਣਕਾਰੀ ਕਢਵਾਈ ਗਈ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਹੈਰਾਨੀ ਜਨਕ ਖੁਲਾਸੇ ਹੋਏ ਨੇ ਮਾਨ ਸਰਕਾਰ ਇਸ ਗੱਲ ਨੂੰ ਲੈ ਕੇ ਬਦਨਾਮ ਹੋ ਚੁੱਕੀ ਹੈ ਕਿ ਕੰਮ ਘਟ ਕਰਦੀ ਹੈ ਅਤੇ ਮਸ਼ਹੂਰੀਆਂ ਜ਼ਿਆਦਾ ਦਿੰਦੀ ਹੈ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੇ ਵੱਲੋਂ ਮਾਨ ਸਰਕਾਰ ਨੂੰ ਮਸ਼ਹੂਰੀਆਂ ਵਾਲੀ ਸਰਕਾਰ ਵੀ ਕਿਹਾ ਜਾਂਦਾ ਹੈ ਅਤੇ ਆਰਟੀਆਈ ਐਕਟਿਵਿਸਟ ਦੇ ਵੱਲੋਂ ਵੀ ਮਸ਼ਹੂਰੀਆਂ ਨੂੰ ਲੈ ਕੇ ਹੀ ਆਰਟੀਆਈ ਪਾਈ ਗਈ ਸੀ ਅਤੇ ਇਸ ਆਰਟੀਆਈ ਦੇ ਵਿੱਚ ਹੈਰਾਨੀ ਜਨਕ ਖੁਲਾਸੇ ਹੋ ਗਏ ਨੇ ਕਿ ਕਿਵੇਂ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦਾ ਪੈਸਾ ਧੜਾ ਧੜ ਉਡਾਇਆ ਜਾ ਰਿਹਾ ਏ ਇਸ ਆਰਟੀਆਈ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਪਹਿਲੇ 60 ਦਿਨਾਂ ਦੇ ਵਿੱਚ ਮਾਨ ਸਰਕਾਰ ਨੇ ਆਪਣੇ ਪਹਿਲੇ 60 ਦਿਨਾਂ ਦੇ ਵਿੱਚ 38 ਕਰੋੜ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਮਸ਼ਹੂਰੀਆਂ ਦੇ ਦਿੱਤੀਆਂ ਨੇ ਇਸ ਦੇ ਵਿੱਚ ਜੇਕਰ ਵੱਖਰੀ ਵੱਖਰੀ ਜਾਣਕਾਰੀ ਇੱਥੇ ਆਰਟੀਆ ਐਕਟਿਸਟ ਦੇ ਵੱਲੋਂ ਮੰਗੀ ਗਈ ਹੈ ਕਿ ਕੇਸ ਸਕੀਮ ਨੂੰ ਲੈ ਕੇ ਕਿੰਨੀ ਮਸ਼ਹੂਰੀ ਮਾਨ ਸਰਕਾਰ ਦੇ ਵੱਲੋਂ ਦਿੱਤੀ ਗਈ ਇਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਦੇ ਖਟਕੜ ਕਲਾ ਵਿਖੇ ਸੌ ਚੱਕ ਸਮਾਗਮ ਮੌਕੇ 16 ਮਾਰਚ ਨੂੰ ਇਸ਼ਤਿਹਾਰ ਛਾਪੇ ਗਏ ਸਨ ਡਿਸਪਲੇ ਇਸ਼ਤਿਹਾਰ ਛਾਪੇ ਗਏ ਸਨ ਅਤੇ ਇਹ ਹੀ ਦੱਸਣ ਦੇ ਲਈ ਕਿ ਮੈਂ ਮੁੱਖ ਮੰਤਰੀ ਦੀ ਸੌ ਚੱਕ ਰਿਆਂ ਇਹ ਹੀ ਦੱਸਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 4 ਕਰੋੜ 34 ਲੱਖ 37 ਹਜ਼ਾਰ 292 ਰੁਪਏ ਖਰਚ ਦਿੱਤੇ ਗਏ ਬਸ ਇਹ ਹੀ ਦੱਸਣ ਦੇ ਲਈ ਕਿ ਮੈਂ ਮੁੱਖ ਮੰਤਰੀ ਬਣਨ ਲੱਗਾ 4.4 ਕਰੋੜ ਰੁਪਏ ਦੇ ਕਰੀਬ ਪੈਸਾ ਖਰਚ ਦਿੱਤਾ ਗਿਆ ਇੱਥੇ ਭਗਵੰਤ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਤੋਂ ਇਲਾਵਾ ਪੰਜਾਬ ਦੀ ਜਿਹੜੀ ਨਵੀਂ ਸਰਕਾਰ ਬਣੀ ਸੀ 30 ਦਿਨ ਪੂਰੇ ਹੋਣ ਤੋਂ ਬਾਅਦ ਇਹ ਸਰਕਾਰ ਨੇ ਆਪਣੇ ਇਤਿਹਾਸਕ ਫੈਸਲੇ ਲੋਕਾਂ ਨੂੰ ਦੱਸੇ 17 April ਨੂੰ ਇਹ ਇਸ਼ਤਿਹਾਰ ਛਪਵਾਏ ਗਏ ਅਖਬਾਰਾਂ ਦੇ ਵਿੱਚ ਜਿਨ੍ਹਾਂ ਦੇ ਉੱਪਰ 3 ਕਰੋੜ 67 ਲੱਖ 77170 ਰੁਪਏ ਖਰਚ ਦਿੱਤੇ ਗਏ ਅਤੇ ਇਹ ਅੰਕੜਾ ਸਿਰਫ ਪੰਜਾਬ ਦਾ ਨਹੀਂ ਹੈ ਪੰਜਾਬ ਦੇ ਅੰਕੜੇ ਸਗੋਂ ਘਟ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਪੈਸਾ ਦੂਜੇ ਸੂਬਿਆਂ ਦੇ ਵਿੱਚ ਉਡਾਇਆ ਗਿਆ ਹੈ ਕਿਉਂਕਿ ਜੇਕਰ ਪੰਜਾਬ ਸੰਬੰਧੀ ਜਾਣਕਾਰੀ ਦੇਣੀ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਦੇਣੀ ਬਣਦੀ ਸੀ ਦੂਜੇ ਸੂਬਿਆਂ ਦੇ ਵਿੱਚ ਜ਼ਿਆਦਾਤਰ ਪੈਸਾ ਮਸ਼ਹੂਰੀਆਂ ਤੇ ਮਾਣ ਸਰਕਾਰ ਦੇ ਵੱਲੋਂ ਖਰਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਗੱਲ ਜੇਕਰ ਪੰਜਾਬ ਦੇ ਵਿੱਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਲੋਕਾਂ ਤੋਂ ਸੁਝਾਅ ਮੰਗਣ ਦੀ ਕਰੀਏ ਤਾਂ 5 ਮਈ ਨੂੰ ਇਸ ਸੰਬੰਧੀ ਵੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਵਾਏ ਗਏ ਜਿਨ੍ਹਾਂ ਦੇ ਉੱਪਰ 4 ਕਰੋੜ 47 ਲੱਖ 92 ਹਜ਼ਾਰ 409 ਰੁਪਏ ਚੇ ਗਏ 4.5 ਕਰੋੜ ਰੁਪਇਆ ਖਰਚ ਦਿੱਤਾ ਭਗਵੰਤ ਮਾਨ ਨੇ ਕਿ ਪੰਜਾਬ ਦੇ ਵਿੱਚ ਬਿਜ਼ਨਸ ਨੂੰ ਆਸਾਨ ਕਿਵੇਂ ਬਣਾਈਏ ਲੋਕੋ ਸਾਨੂੰ ਸੁਝਾਅ ਦਿਓ ਪਰ ਇਸ ਦੇ ਵਿੱਚ ਵੀ ਜ਼ਿਆਦਾਤਰ ਪੈਸਾ ਦੂਜੇ ਸੂਬਿਆਂ ਦੇ ਵਿੱਚ ਹੀ ਖਰਚ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਕੋਲੋਂ ਸੁਝਾਅ ਮੰਗੇ ਗਏ ਪਰ ਇਸ ਦਾ ਇਸ਼ਤਿਹਾਰ ਦਿੱਤਾ ਗਿਆ ਦੂਜੇ ਸੂਬਿਆਂ ਦੇ ਵਿੱਚ ਵੀ ਜਿਵੇਂ ਕਿ ਗੁਜਰਾਤ ਹਿਮਾਚਲ ਚਾਰਖੰਡ ਛੱਤੀਸਗੜ ਬਿਹਾਰ ਮਹਾਰਾਸ਼ਟਰ ਬਾਕੀ ਸੂਬਿਆਂ ਦੇ ਵਿੱਚ ਵੀ ਇੱਥੇ ਬਹੁਤ ਜ਼ਿਆਦਾ ਪੈਸਿਆਂ ਦੇ ਇਸ਼ਤਿਹਾਰ ਮਸ਼ਹੂਰੀਆਂ ਦਿੱਤੀਆਂ ਗਈਆਂ ਮਾਨ ਸਰਕਾਰ ਦੇ ਵੱਲੋਂ ਇਸੇ ਹੀ ਆਰਟੀਆਈ ਦੇ ਵਿੱਚ ਹੋਰ ਵੀ ਜਾਣਕਾਰੀਆਂ ਇਕੱਤਰ ਕੀਤੀਆਂ ਗਈਆਂ ਨੇ ਜਿਹੜੀ ਇੱਕ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਗਈ ਸੀ ਮੁੱਖ ਮੰਤਰੀ ਦੇ ਵੱਲੋਂ ਉਸ ਦੀ ਮਸ਼ਹੂਰੀ ਦੇ ਲਈ ਗੁਜਰਾਤ ਦੇ ਵਿੱਚ ਕਿੰਨਾ ਪੈਸਾ ਖਰਚਿਆ ਗਿਆ ਉਸ ਦੇ ਅੰਕੜੇ ਵੀ ਸਾਹਮਣੇ ਆ ਗਏ ਨੇ ਅਤੇ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਗੁਜਰਾਤ ਦੇ ਵਿੱਚ ਇਸ ਦੀ ਮਸ਼ਹੂਰੀ ਕਰਨ ਦੇ ਲਈ ਸਿਰਫ ਗੁਜਰਾਤ ਦੇ ਵਿੱਚ ਹੀ 1 ਕਰੋੜ 5792738 ਰੁਪਏ ਖਰਚ ਦਿੱਤੇ ਗਏ 1.5 ਕਰੋੜ ਤੋਂ ਵੱਧ ਰੁਪਇਆ ਸਿਰਫ ਗੁਜਰਾਤ ਦੇ ਵਿੱਚ ਹੀ ਖਰਚ ਦਿੱਤਾ ਗਿਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਮੈਂ ਇੱਕ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਜਾਰੀ ਕਰ ਰਿਹਾ ਹਾਂ ਪੰਜਾਬ ਦੇ ਲੋਕੋ ਜੇਕਰ ਤੁਹਾਡੇ ਕੋਲੋਂ ਕੋ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਇਸ ਨੰਬਰ ਤੇ ਸ਼ਿਕਾਇਤ ਕਰ ਸਕਦੇ ਹੋ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੇ ਲਈ ਗੁਜਰਾਤ ਦੇ ਟੀਵੀ ਚੈਨਲਾਂ ਤੇ 1.5 ਕਰੋੜ ਤੋਂ ਵੱਦ ਦੀ ਮਸ਼ਹੂਰੀ ਮਾਨ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਇਸ ਤੋਂ ਇਲਾਵਾ ਯੂਪੀ ਦੇ ਚੈਨਲਾਂ ਵਿੱਚ ਵੀ ਇਹ ਮਸ਼ਹੂਰੀ ਦਿੱਤੀ ਗਈ ਅਤੇ ਉੱਥੇ ਵੀ ਪੈਸਾ ਰੱਜ ਕੇ ਖਰਚਿਆ ਗਿਆ 75,40,555 ਰੁਪਏ ਯੂਪੀ ਦੇ ਵਿੱਚ ਖਰਚ ਦਿੱਤੇ ਗਏ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਇਹ ਫੋਨ ਨੰਬਰ ਹੈ ਅਤੇ ਇਸ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਯੂਪੀ ਦੇ ਵਿੱਚ ਪੌਣਾ ਕਰੋੜ ਰੁਪਇਆ ਮਾਨ ਸਰਕਾਰ ਦੇ ਵੱਲੋਂ ਖਰਚ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਇੱਕ ਚੈਨਲ ਨੂੰ ਲੈ ਕੇ ਵੀ ਇਸ ਆਰਟੀਆਈ ਦੇ ਵਿੱਚ ਅੰਕੜੇ ਸਾਹਮਣੇ ਆਏ ਨੇ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦੇ ਲਈ 1500 ਰੁਪਇਆ ਬੋਨਸ ਦੇਣ ਦਾ ਐਲਾਨ ਕੀਤਾ ਗਿਆ ਸੀ ਉਸ ਤੇ ਵੀ ਰੱਜ ਕੇ ਪੈਸਾ ਮਾਨ ਸਰਕਾਰ ਦੇ ਵੱਲੋਂ ਖਰਚਿਆ ਗਿਆ ਅਤੇ ਇਸ ਤੋਂ ਇਲਾਵਾ ਖਾਸ ਤੌਰ ਤੇ ਦੱਸਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਪੰਜਾਬ ਦੇ ਚੈਨਲਾਂ ਅਤੇ ਅਖਬਾਰਾਂ ਨੂੰ ਹੀ ਮਸ਼ਹੂਰੀਆਂ ਨਹੀਂ ਦਿੱਤੀਆਂ ਗਈਆਂ ਸਗੋਂ ਜ਼ਿਆਦਾਤਰ ਮਸ਼ਹੂਰੀਆਂ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਨੇ ਦੂਜੇ ਸੂਬੇ ਉਹਨਾਂ ਤੇ ਖਰਚੀਆਂ ਗਈਆਂ ਨੇ ਇਹ ਰਾਸ਼ੀ ਜਿਹੜੀ ਖਰਚੀ ਗਈ ਹੈ ਮਸ਼ਹੂਰੀਆਂ ਦਿੱਤੀਆਂ ਗਈਆਂ ਨੇ ਇਸ ਤਰੀਕੇ ਨਾਲ ਇੱਥੇ ਜਾਣਕਾਰੀ ਇਲੈਕਟ੍ਰੋਨਿਕ ਮੀਡੀਆ ਸ਼ਾਖਾ ਦੇ ਵੱਲੋਂ ਵੀ ਦਿੱਤੀ ਗਈ ਹੈ ਕਿ ਲਗਭਗ 20 ਕਰੋੜ 15 ਲੱਖ 24496 ਰੁਪਏ ਅਤੇ 12 ਕਰੋੜ 36 ਲੱਖ 55971 ਰੁਪਏ ਦੇ ਰੀਲੀਜ਼ ਆਰਡਰ ਜਾਰੀ ਕੀਤੇ ਗਏ ਹਨ ਅਤੇ ਚੈਨਲ ਵਾਈਜ਼ ਰਿਪੋਰਟ ਵੀ ਨਾਲ ਨੱਥੀ ਕੀਤੀ ਜਾਂਦੀ ਹੈ ਚੈਨਲਾਂ ਦੀ ਰਿਪੋਰਟ ਵੀ ਇੱਥੇ ਦਿੱਤੀ ਗਈ ਹੈ ਸਵਾਲ ਉਹਨਾਂ ਚੈਨਲਾਂ ਨੂੰ ਲੈ ਕੇ ਵੀ ਉੱਠਣ ਲੱਗ ਪਏ ਨੇ ਜਿਨ੍ਹਾਂ ਨੇ ਪੰਜਾਬ ਦੇ ਖਿਲਾਫ ਕਿਸਾਨੀ ਅੰਦੋਲਨ ਵੇਲੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਅਤੇ ਉਹਨਾਂ ਨੂੰ ਵੀ ਕਰੋੜਾਂ ਰੁਪਏ ਦੀ ਮਸ਼ਹੂਰੀ ਇੱਥੇ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਜਦੋਂ ਹੁਣ ਸਰਕਾਰ ਇੰਨਾ ਪੈਸਾ ਬਾਹਰ ਫੂਕੇਗੀ ਇੱਕ ਪਾਸੇ ਕਹੇਗੀ ਕਿ ਪੰਜਾਬ ਦੇ ਸਰ ਕਰਜ਼ਾ ਹੈ ਇੱਕ ਇੱਕ ਰੁਪਇਆ ਬਚਾਉਣਾ ਹੈ ਉਧਰ ਦੂਜੇ ਪਾਸੇ ਨਜਾਇਜ਼ ਹੀ ਦੂਜੇ ਸੂਬਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਸਰਕਾਰ ਫੂਕੇਗੀ ਤਾਂ ਫਿਰ ਵਿਰੋਧੀ ਲੀਡਰ ਚੁੱਪ ਕਿਵੇਂ ਰਹਿ ਸਕਦੇ ਨੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਏ ਆਰਟੀਆਈ ਦੀ ਇਨਫੋਰਮੇਸ਼ਨ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਅਤੇ ਨਾਲ ਲਿਖਿਆ ਬੇਹੱਦ ਸ਼ਰਮਨਾਕ ਖੁਲਾਸਾ RTI ਵਿੱਚ ਖੁਲਾਸਾ ਹੋਇਆ ਹੈ ਕਿ ਭਗਵੰਤ ਮਾਨ ਸਰਕਾਰ ਨੇ 60 ਦਿਨਾਂ ਵਿੱਚ ਸਰਕਾਰੀ ਖਜ਼ਾਨੇ 'ਚੋਂ 38 ਕਰੋੜ ਤੋਂ ਵੱਧ ਦਾ ਇਸ਼ਤਿਹਾਰ ਦਿੱਤਾ। ਇਹ ਇਸ਼ਤਿਹਾਰ ਜ਼ਿਆਦਾਤਰ ਪੰਜਾਬ ਤੋਂ ਬਾਹਰ ਉਹਨਾਂ ਸੂਬਿਆਂ ਵਿੱਚ ਦਿੱਤਾ ਗਿਆ ਜਿੱਥੇ ਅੱਗੇ ਚੋਣ ਹੋਣੀ ਹੈ। ਮਤਲਬ ਸਾਫ਼ ਹੈ ਕਿ ਪੰਜਾਬੀਆਂ ਦੇ ਟੈਕਸ ਦੇ ਪੈਸੇ ਨਾਲ ਹੋਰ ਸੂਬਿਆਂ ਵਿੱਚ ਆਪ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੌਚੁੱਕ ਸਮਾਗਮ ਤੇ ਕਰੀਬ 5.70 ਕਰੋੜ ਦਾ ਇਸ਼ਤਿਹਾਰ ਦਿੱਤਾ ਜੋ ਜ਼ਿਆਦਾਤਰ ਪੰਜਾਬ ਚੋਂ ਬਾਹਰ ਸੀ ਐਂਟੀ ਕ੍ਰਾਪਸ਼ਨ ਲਾਈਨ ਪੰਜਾਬ ਦੀ ਇਸ਼ਤਿਹਾਰ ਦਿੱਤਾ ਗਿਆ ਕਰੀਬ 14.5 ਕਰੋੜ ਦਾ ਉਹ ਵੀ ਜ਼ਿਆਦਾਤਰ ਪੰਜਾਬ ਤੋਂ ਬਾਹਰ ਇਸੇ ਤਰ੍ਹਾਂ 60 ਦਿਨਾਂ ਵਿੱਚ ਕਰੀਬ 28 ਇਸ਼ਤਿਹਾਰਾਂ ਤੇ ਪੰਜਾਬ ਦੇ ਲੋਕਾਂ ਦਾ ਕਰੋੜਾ ਰੁਪਈਆ ਬਰਬਾਦ ਕਰ ਦਿੱਤਾ ਗਿਆ ਸਭ ਤੋਂ ਸ਼ਰਮਨਾਕ ਇਹ ਹੈ ਕਿ ਆਪ ਸਰਕਾਰ ਨੇ ਸੁਦਰਸ਼ਨ ਟੀਵੀ ਰਿਪਬਲਿਕ ਟੀਵੀ ਅਤੇ ਹੋਰ ਕਈ ਉਹਨਾਂ ਟੀਵੀਆਂ ਤੇ ਅਖਬਾਰਾਂ ਨੂੰ ਕਰੋੜਾਂ ਦਾ ਇਸ਼ਤਿਹਾਰ ਜੋ ਸਮਾਜ ਵਿੱਚ ਫਿਰਕੂ ਪਾੜ ਪਾਉਂਦੇ ਹਨ ਉੱਪਰ ਇਹ ਲੋਕ ਇਨ੍ਹਾਂ ਚੈਨਲਾਂ ਨੂੰ ਮਾੜਾ ਕਹਿੰਦੇ ਹਨ ਤੇ ਅੰਦਰੋਂ ਫੰਡਿੰਗ ਹੋ ਰਹੀ ਹੈ ਕੀ ਹੋ ਇਸ ਤੋਂ ਸ਼ਰਮਨਾਕ ਪੜੋ ਨੌਜਵਾਨ ਆਰਟੀਆਈ ਐਕਟਿਵਿਸਟ ਆ ਮਾਨਿਕ ਗੋਇਲ ਦੁਆਰਾ ਕੱਢਿਆ ਡਾਟਾ ਤੇ ਦੇਖੋ ਕਿਸ ਤਰ੍ਹਾਂ ਬਦਲਾ ਖਜ਼ਾਨੇ ਦੇ ਪਰਖੱਚੇ ਉਡਾਰ ਰਿਹਾ ਹੈ ਕਾਫੀ ਗੁੱਸਾ ਇਥੇ ਆਪਣੀ ਪੋਸਟ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਕੱਢਿਆ ਗਿਆ ਹੈ ਗੱਲ ਜੇਕਰ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੀ ਕੀਤੀ ਜਾਵੇ ਤਾਂ ਗੁੱਸੇ ਦੇ ਵਿੱਚ ਉਹ ਵੀ ਨੇ ਉਹਨਾਂ ਨੇ ਇਹੀ ਆਰਟੀਆ ਇਨਫੋਰਮੇਸ਼ਨ ਆਪਣੇ ਪੇਜ ਤੇ ਸ਼ੇਅਰ ਕੀਤੀ ਹੈ ਅਤੇ ਨਾਲ ਉਹ ਵੀ ਲਿਖਦੇ ਨੇ ਵੱਡਾ ਖੁਲਾਸਾ ਆਪ ਨੇ 60 ਦਿਨਾਂ ਵਿੱਚ ਇਸ਼ਤਿਹਾਰ ਤੇ ਖਰਚੇ ਕਰੀਬ 38 ਕਰੋੜ ਰੁਪਏ ਪੰਜਾਬ ਦੇ ਨਾਲ-ਨਾਲ ਜ਼ਿਆਦਾ ਪੰਜਾਬ ਦੇ ਬਾਹਰ ਦੇ ਸੂਬਿਆਂ ਵਿੱਚ ਇਸ਼ਤਿਹਾਰ ਦਿੱਤਾ ਜਿੱਥੇ ਅੱਗੇ ਚੋਣ ਹੋਣੀ ਹੈ ਪੰਜਾਬੀਆਂ ਦੇ ਪੈਸੇ ਨਾਲ ਹੋਰ ਸੂਬਿਆਂ ਵਿੱਚ ਆਪ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ ਭਗਵੰਤ ਮਾਨ ਇਤੋਂ ਤੱਕ ਸਦਾਰਸ਼ਨ ਟੀਵੀ ਰਿਪਬਲਿਕ ਟੀਵੀ ਵਰਗੇ ਚੈਨਲਾਂ ਨੂੰ ਵੀ ਕਰੋੜਾਂ ਦੀ ਐਡ ਦਿੱਤੀ ਗਈ ਸੌਚੁਕ ਸਮਾਗਮ ਦਾ ਇਸ਼ਤਿਹਾਰ ਤੇ ਹੀ 5.70 ਕਰੋੜ ਖਰਚ ਦਿੱਤਾ ਗਿਆ ਐਂਟੀ ਕ腐ਪਸ਼ਨ ਲਾਈਨ ਬਾਰੇ ਇਸ਼ਤਿਹਾਰ ਦੇਣ ਤੇ 14 ਕਰੋੜ ਖਰਚੇ ਗਏ ਚੋਣੇ ਤੇ 1500 ਬੋਨਸ ਦੇਣ ਦੀ ਐਡ ਦੇਣਾ ਤੇ 3.82 ਕਰੋੜ ਖਰਚੇ ਗਏ ਸਾਰੇ ਇਸ਼ਤਿਹਾਰਾਂ ਦਾ ਵੱਡਾ ਹਿੱਸਾ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਗਿਆ ਜਿੱਥੇ ਚੋਣ ਹੋਣੀ ਹੈ ਕਿ ਇਹ ਹੈ ਦਿੱਲੀ ਮਾਡਲ ਭਗਵੰਤ ਮਾਨ ਸਵਾਲ ਇੱਥੇ ਪ੍ਰਗਟ ਸਿੰਘ ਦੇ ਵੱਲੋਂ ਪੁੱਛਿਆ ਗਿਆ ਕਿ ਕੀ ਇਹੀ ਦਿੱਲੀ ਮਾਡਲ ਹੈ ਕਿਉਂਕਿ ਦਿੱਲੀ ਮਾਡਲ ਨੂੰ ਲੈ ਕੇ ਵੀ ਸਵਾਲ ਉੱਠੇ ਸਨ ਜਦੋਂ ਇੱਕ ਘੋਲ ਬਣਾਇਆ ਗਿਆ ਪਰਾਲੀ ਦਾ ਹੱਲ ਕੱਢਣ ਦੇ ਲਈ ਘੋਲ ਤੇ ਤਾਂ ਪੈਸੇ ਖਰਚੇ ਗਏ ਸਨ ਕੁਝ ਲੱਖ ਰੁਪਏ ਅਤੇ ਉਸ ਦੀ ਮਸ਼ਹੂਰੀ ਤੇ ਖਰਚ ਦਿੱਤੇ ਗਏ ਸਨ ਕਰੋੜਾ ਰੁਪਏ ਇਸੇ ਕਰਕੇ ਹੀ ਪ੍ਰਗਟ ਸਿੰਘ ਦੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਹੈ ਕਿ ਕੀ ਇਹ ਹੀ ਦਿੱਲੀ ਮਾਡਲ ਹੈ ਕਿ ਕੰਮ ਤੇ ਪੈਸਾ ਘੱਟ ਅਤੇ ਮਸ਼ਹੂਰੀ ਤੇ ਪੈਸਾ ਜ਼ਿਆਦਾ ਲਾਉਣਾ ਹੈ ਆਮ ਆਦਮੀ ਪਾਰਟੀ ਨੂੰ ਇਸ ਬਾਰੇ ਕੋਈ ਵੀ ਟੁਕਮਾ ਜਵਾਬ ਸੁਝਦਾ ਨਜ਼ਰ ਨਹੀਂ ਆਉਂਦਾ ਇਥੇ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਆ ਕਿ ਜੇਕਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇੰਨੀ ਸੋਹਰਦ ਹੈ ਕਿ ਪੰਜਾਬ ਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜਿਆ ਹੋਇਆ ਹੈ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਪੈਸਾ ਬਾਹਰਲੇ ਸੂਬਿਆਂ ਦੇ ਵਿੱਚ ਮਸ਼ਹੂਰੀ ਤੇ ਕਿਉਂ ਉਡਾਇਆ ਜਾ ਰਿਹਾ ਹੈ ਕੀ ਕਾਰਨ ਹੋ ਸਕਦਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜਰੂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ